ਸਾਡੇ ਅਗਲੇ ਸ਼ਾਇਰ ਨੂੰ ਬਰਤਾਨੀਆ ਚ ਆਇਆ ਹੋਇਆ ਤੇ ਬਹੁਤ ਵਰੇ ਗੁਜ਼ਰ ਗਏ ਨੇ, ਲੇਕਿਨ ਉਹਨਾਂ ਨੇ ਆਪਣੀ ਬੋਲੀ ਨੂੰ ਤੇ ਆਪਣੀ ਰਹਿਤ ਨੂੰ ਆਪਣੇ ਰਹਿਤਲ ਨੂੰ ਆਪਣੇ ਦਿਲ ਨਾਲ ਲਈ ਰੱਖਿਆ ਹੈ। ਪੇਸ਼ੇ ਦੇ ਇਤਬਾਰ ਨਾਲ ਹੋਮਿਓਪੈਥੀ ਡਾਕਟਰ ਨੇ, ਲੇਕਿਨ ਅਦਬ ਦੀ ਵੀ ਖਿਦਮਤ ਉਹ ਓਨੇ ਹੀ ਜੋਸ਼ ਤੇ ਵਲਵਲੇ ਨਾਲ ਕਰਦੇ ਨੇ ਜਿੰਨਾ ਕਿ ਉਹ ਆਪਣਾ ਪੇਸ਼ਾ ਕਰ ਰਹੇ ਨੇ ਤੇ ਅੱਜ ਤੱਕ ਕਰ ਰਹੇ ਨੇ। ਉਰਦੂ ਤੇ ਪੰਜਾਬੀ ਜ਼ਬਾਨ 'ਚ ਕਈ ਸਾਰੀਆਂ ਕਿਤਾਬਾਂ ਲਿਖ ਚੁੱਕੇ ਨੇ ਔਰ ਉਹ ਆਪਣੀ ਹਰ ਨਵੀਂ ਕਿਤਾਬ ਮੈਨੂੰ ਜ਼ਰੂਰ ਭੇਜਦੇ ਨੇ ਔਰ ਮੈਂ ਬੜੇ ਸ਼ੌਕ ਨਾਲ ਮਾਸ਼ਾਅੱਲਾ ਪੜ੍ਹਦਾ ਹਾਂ। ਸ਼ੁਕਰੀਆ ਔਰ ਉਹਨਾਂ ਦੀਆਂ ਕਿਤਾਬਾਂ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਇਹ ਇੱਕ ਰਸਾਲੇ ਕਰਤਾਸ ਦੇ ਐਡੀਟਰ ਵੀ ਨੇ, ਮੇਰੀ ਮੁਰਾਦ ਮੁਨੱਵਰ ਅਹਿਮਦ ਕੰਡੇ ਸਾਹਿਬ ਨੇ। ਮੈਂ ਹੁਣ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣਾ ਖੂਬਸੂਰਤ ਕਲਾਮ ਸੁਣਾਉਣ। ਮੁਨੱਵਰ ਅਹਿਮਦ ਕੰਡੇ ਸਾਹਿਬ ਜੀ, ਬਹੁਤ ਬਹੁਤ ਸ਼ੁਕਰੀਆ ਜਨਾਬ ਇਮਤਿਆਜ਼ ਅਲੀ ਗੌਹਰ ਸਾਹਿਬ। ਮਾਸ਼ਾਅੱਲਾ ਮੁਹਤਰਮਾ ਲਓ ਜੀ, ਡਾਕਟਰ ਸਾਹਿਬ ਪਹਿਲੀ, ਡਾਕਟਰ ਸਾਹਿਬ ਪਹਿਲੀ ਵਾਰ ਸ਼ਿਕਵਾ ਹੋਇਆ ਔਰ ਉਹ ਵੀ ਮਹਿਫਲ ਦੇ ਵਿੱਚ ਜੀ। ਨਹੀਂ ਅਸਲੇ ਚ ਨਹੀਂ, ਅਸਲੇ ਚ ਉਹਨਾਂ ਨੇ, ਅਸਲੇ ਚ ਉਹਨਾਂ ਨੇ ਕਈ ਸਾਰੇ ਦੋਸਤਾਂ ਦੀ ਨੁਮਾਇੰਦਗੀ ਕੀਤੀ। ਮੈਂ ਮੁਹਤਰਮਾ ਸਦਰ ਸਾਹਿਬ ਕੋਲ ਇਜਾਜ਼ਤ ਲੈਣਾ ਕੁਛ ਪੜ੍ਹਨ ਵਾਸਤੇ। ਮੁਨੀਰ ਨਿਆਜ਼ੀ ਹੋਰਾਂ ਦੀ ਯਾਦ ਵੀ, ਮੁਨੀਰ ਨਿਆਜ਼ੀ ਦੀ ਵੀ ਯਾਦ ਹੈ ਤੇ ਉਹਨਾਂ ਦੀ ਮਾਂ ਦੀ ਵੀ ਯਾਦ ਹੈ, ਉਹਨਾਂ ਦੀ ਮਾਂ ਜੀ। ਮੁਨੀਰ ਨਿਆਜ਼ੀ ਹੋਰਾਂ ਦਾ ਇੱਕ ਇੱਕ ਨਜ਼ਮ ਪੇਸ਼ ਕਰਨਾ ਪਹਿਲੇ ਤਾਂ ਕਰੋ ਜੀ ਤਾਂ। ਮਰਨਾ ਹੀ ਜੇ ਤਕਦੀਰ ਹੈ ਆਪਣੀ, ਮਰਨਾ ਹੀ ਜੇ ਤਕਦੀਰ ਹੈ ਆਪਣੀ, ਕਿਉਂ ਫਿਰ ਇਸ ਤੋਂ ਨਸੀਏ। ਮਰਨਾ ਹੀ ਜੇ ਤਕਦੀਰ ਹੈ ਆਪਣੀ, ਕਿਉਂ ਫਿਰ ਇਸ ਤੋਂ ਨਸੀਏ, ਕਿਉਂ ਫਿਰ ਇਸ ਨੂੰ ਭੁੱਲਣ ਲਈ ਦੁਨੀਆਂ ਦੇ ਜਾਲ ਚ ਫਸੀਏ। ਤੇ ਝੂਠੇ ਸੱਚੇ ਯਾਰ ਬਣਾ ਕੇ, ਝੂਠੇ ਸੱਚੇ ਯਾਰ ਬਣਾ ਕੇ ਦਿਲ ਦੀਆਂ ਗੱਲਾਂ ਦੱਸੀਏ, ਕਿਉਂ ਨਾ ਘਰ ਵਿੱਚ ਕੱਲਿਆਂ ਬਹਿ ਕੇ ਪਾਗਲਾਂ ਵਾਂਗੂ ਹੱਸੀਏ। ਗਜ਼ਲ ਪੇਸ਼ ਕਰਨਾ ਜੀ ਸਦਰ ਸਾਹਿਬਾ ਦੀ ਇਜਾਜ਼ਤ। ਆਪਣੇ ਗੱਲ ਚ ਕਿਸੇ ਦਾ ਫੰਦਾ, ਆਪਣੇ ਗੱਲ ਚ ਕਿਸੇ ਦਾ ਫੰਦਾ, ਇਹ ਜੇ ਮੇਰੇ ਵਰਗਾ ਬੰਦਾ। ਆਪਣੇ ਗੱਲ ਚ ਕਿਸੇ ਦਾ ਫੰਦਾ, ਇਹ ਜੇ ਮੇਰੇ ਵਰਗਾ ਬੰਦਾ, ਖੁਦ ਉਹ ਠੂਠਾ ਲੈ ਕੇ ਫਿਰਦਾ, ਖੁਦ ਉਹ ਠੂਠਾ ਲੈ ਕੇ ਫਿਰਦਾ, ਸਾਨੂੰ ਦੇਵੇ ਰਾਜ ਦਹਿਰਤਾ। ਤੇ ਪਤਾ ਨਾ ਲੱਗੇ ਦਈਏ ਕਿੱਥੇ, ਪਤਾ ਨਾ ਲੱਗੇ ਦਈਏ ਕਿੱਥੇ, ਹਰ ਚੈਨਲ ਤੇ ਮੰਗਣ ਚੰਦਾ। ਪਤਾ ਨਾ ਲੱਗੇ ਦਈਏ ਕਿੱਥੇ, ਹਰ ਚੈਨਲ ਤੇ ਮੰਗਣ ਚੰਦਾ। ਸਪੈਸ਼ਲ ਚੈਨਲ ਬਣ ਗਏ ਚੰਦੇ ਲਈ। ਉਸਨੇ ਹਰ ਥਾਂ ਹਨੇਰਾ ਪਾਇਆ, ਉਸਨੇ ਹਰ ਥਾਂ ਹਨੇਰਾ ਪਾਇਆ, ਸਾਨੂੰ ਹਨੇਰੇ ਵਿੱਚ ਵੀ ਦੀਦਾ। ਅੱਛਾ, ਸਾਨੂੰ ਹਨੇਰੇ ਵਿੱਚ ਵੀ ਦਿਸਦਾ। ਆਪ ਵਕੀਲ ਤੇ ਆਪੇ ਮੁਜਰਮ, ਆਪ ਵਕੀਲ ਤੇ ਆਪੇ ਮੁਜਰਮ, ਆਪ ਹੀ ਮੁਨਸਿਫ ਬਣਿਆ ਫਿਰਦਾ। ਤੇ ਹਰ ਸ਼ੀਸ਼ੇ ਤੇ ਘੱਟਾ ਮਿੱਟੀ, ਹਰ ਸ਼ੀਸ਼ੇ ਤੇ ਘੱਟਾ ਮਿੱਟੀ, ਸਾਫ਼ ਕਿਸੇ ਦਾ ਮੂੰਹ ਨਾ ਦਿਸਦਾ। ਸਾਨੂੰ ਨੀਵਾਂ ਵੇਖਣ ਵਾਲਾ, ਸਾਨੂੰ ਨੀਵਾਂ ਵੇਖਣ ਵਾਲਾ, ਕਾਨੂੰ ਅੱਡੀਆਂ ਚੁੱਕ ਚੁੱਕ ਵੇਂਦਾ। ਸੋਚਾਂ ਨੂੰ ਹੁਣ ਮਾਂਜ ਕੇ ਰੱਖੀ,
क्या लफ्ज है बाबा, शुक्रिया। सोचा नू हुण मांझ के रखी, मांझ के रखी भांडा मन दा जेकर गंदा। बहुत अच्छे बहुत अच्छे, शुक्रिया। ते रौला घर दे विच मनवर, रौला घर दे विच मनवर, एक एक अखर बाहर सुनदा, बाहर सुनदा। कदा नू कन्न हुंदे ने जी, वाह। अज मां दी याद दे हवाले नाल एक नज़म पेश करना। ख्वाब च याद ते जाग च याद, ख्वाब च याद ते जाग च याद, मां दी मेरे भाग च याद। ते तड़के मक्खन विच ते राती, तड़के मक्खन विच ते राती, दुध नू लगी जाग च याद। पो दी ठंड नू तत्ती रखे, पो दी ठंड नू तत्ती रखे, तत्ती रखे, फगन चेतर माघ च याद। मक्की दी जद रोटी खावां, मक्की दी जद रोटी खावां, मारे महका साग च याद। मक्की दी जद रोटी खावां, मारे महका साग च याद। गम दे सजरे साज मुनव्वर, गम दे सजरे साज मुनव्वर, हंजू भर दी राग च याद। खाब च याद ते जाग च याद, मां दी मेरे भाग च याद। बहुत बहुत शुक्रिया दोस्तों, बहुत वधिया, बहुत शुक्रिया जी, बहुत शुक्रिया, बड़ा खूबसूरत कलाम। मनोवर साहब सुना चुके हो जी? जी दो गजल सुना देते हैं। हां जी, ये जी साडे मनोवर अमन कंडे साहब सिगे, उर्दू ते पंजाबी दे बहुत ही सीनियर शायर। शुक्रिया। इन्हां दी किताबां मैं पढ़दा भी रहना, इन्हां दी शायरी सुनदा भी रहना, बहुत कुछ सीखण नूं मिलदा है।